ਇਹ ਤਸਵੀਰਾਂ ਹੈ ਮਹਿਮੂਦਪੁਰ ਤੇ ਅੱਗੇ ਵੀ ਦੋ ਪਿੰਡ ਲੱਗਦੇ ਆ ਤੇ ਹਾਲਾਤ ਜਿਹੜੇ ਆ ਬਹੁਤ ਹੀ ਇਸ ਟਾਈਮ ਨਾਜ਼ੁਕ ਹਾਲਤ ਹੋ ਗਏ ਆ। ਪਿੰਡ ਦੇ ਲੋਕ ਦੱਸ ਰਹੇ ਆ ਕਿ ਜਿਹੜੀਆਂ ਜ਼ਰੂਰਤਾਂ ਆ ਕਿਉਂਕਿ ਟਰੈਕਟਰ ਤੇ ਵੀ ਨਹੀਂ ਜਾ ਸਕਦਾ, ਅੱਗੇ ਦੋ ਟਰੈਕਟਰ ਪਲਟ ਗਿਆ ਤੇ ਹਾਲਾਤ ਤਾਂ ਤੁਸੀਂ ਆਪਣੀ ਅੱਖਾਂ ਨਾਲ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਆ। ਪੂਰਾ ਪਿੰਡ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਸਾਨੂੰ ਜਿਹੜੇ ਇਸ ਵੇਲੇ ਵੱਡੀ ਪ੍ਰੋਬਲਮ ਹੈ ਕਿ ਡੰਗਰਾਂ ਲਈ ਪਸ਼ੂ ਸਾਡੇ ਲਈ ਰਹਿਣ ਲਈ ਜੇ ਕੋਈ ਹੜ੍ਹ ਆ ਜਾਂਦੇ ਆ ਹਾਲਾਤ ਹੋ ਜਾਂਦੇ ਤਾਂ ਇਸ ਤਰ੍ਹਾਂ ਦੇ ਤਾਂ ਫਿਰ ਕੀ ਹਾਲ ਹੋਊਗਾ ਕਿ ਮੌਕੇ 'ਤੇ ਬਚਾ ਕੇ ਦਊਗਾ। ਹਲੇ ਤਕਰੀਬਨ ਟਰੈਕਟਰਾਂ 'ਤੇ ਆਇਆ ਜਾ ਸਕਦਾ, ਹਲੇ ਵੀ ਸਾਡੇ ਤੱਕ ਕੋਈ ਨਹੀਂ ਪਹੁੰਚਿਆ। ਪਿੰਡ ਦੀ ਨਜ਼ਰ ਜਿਹੜੀ ਆ ਲੋਕਾਂ ਦੀ ਨਜ਼ਰ ਹੈ ਉਹ ਪਾਣੀ ਦੇ ਉੱਤੇ ਆ, ਪਾਣੀ ਵੱਧ ਰਿਹਾ। ਅਸੀਂ ਵੀ ਸੜਕ ਤੋਂ ਲੰਘ ਕੇ ਰਹੇ, ਪਹਿਲਾਂ ਸੁੱਕੀ ਸੀਗੀ, ਜਦੋਂ ਵਾਪਸ ਆਏ ਤਾਂ ਤਕਰੀਬਨ 5-7 ਇੰਚ ਪਾਣੀ ਜਿਹੜਾ ਚੜ੍ਹ ਗਿਆ ਸੀਗਾ ਤੇ ਇਹ ਹੈ। ਸੋ ਸਾਡੀ ਬੇਨਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਈ ਨਾ ਕੋਈ ਉਪਰਾਲਾ ਕੀਤਾ ਜਾਵੇ, ਜੋ ਕਿ ਸਾਡੇ ਪਿੰਡਾਂ ਨੂੰ ਬਹੁਤ ਹੀ ਘੱਟ ਸਹੂਲਤ ਹੈ, ਇਸ ਕਰਕੇ ਸਾਨੂੰ ਬਹੁਤ ਹੀ ਦਿੱਕਤ ਆ ਰਹੀ ਹੈ ਕਿਉਂਕਿ ਪਾਣੀ ਦਾ ਦੇਖੋ ਵਹਾਅ ਕਿੰਨਾ ਤੇਜ਼ ਹੋ ਰਿਹਾ ਹੈ। ਕੋਈ ਵੀ ਸਾਧਨ ਸਾਡੇ ਏਰੀਏ ਵਿੱਚ ਉਪਲਬਧ ਨਹੀਂ ਹੈ ਜੀ। ਸੋ ਸਾਡੀ ਬੇਨਤੀ ਹੱਥ ਬੰਨ ਕੇ ਪੰਜਾਬ ਸਰਕਾਰ ਵੱਲੋਂ ਕੋਈ ਨਾ ਕੋਈ ਉਪਰਾਲਾ ਕੀਤਾ ਜਾਵੇ, ਕਿਉਂਕਿ ਦੇਖੋ ਸਾਡੇ ਪਸ਼ੂ ਪਕਸ਼ੀ ਜੋ ਵੀ ਹੈ ਸਾਰੇ ਪਾਣੀ ਦੇ ਵਿੱਚ ਹੜਦੇ ਜਾ ਰਹੇ ਨੇ। ਲੋਕ ਦੱਸਣ ਦੀ ਕੋਸ਼ਿਸ਼ ਕਰ ਰਹੇ ਕਿ ਇੰਨਾ ਪਾਣੀ ਚੱਲ ਰਿਹਾ, ਜੇ ਥੋੜ੍ਹਾ ਜਿਹਾ ਬਾਰਿਸ਼ ਹੋਰ ਜ਼ਿਆਦਾ ਪੈ ਗਈ ਤਾਂ ਹਾਲਾਤ ਜਿਹੜੇ ਆ ਉਹ ਹੋਰ ਵੀ ਨਾਜ਼ੁਕ ਹੋ ਜਾਣਗੇ। ਇੱਥੇ ਜ਼ਰੂਰਤ ਹੈ ਕਿ ਇਸ ਵੇਲੇ ਆ ਕੇ ਕੋਈ ਨਾ ਕੋਈ ਮਦਦ ਇਹਨਾਂ ਦੀ ਕਰੇ, ਕੋਈ ਪਰਮਾਤਮਾ ਹੀ ਭੇਜ ਦੇਵੇ ਤੇ ਉਹ ਘਰਾਂ ਦੇ ਵਿੱਚ ਪਾਣੀ ਆ, ਲੋਕ ਦੱਸਦੇ ਆ ਘਰਾਂ 'ਚ ਪਾਣੀ ਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਿੱਛੇ ਬੰਨ ਵੀ ਟੁੱਟਿਆ ਹੋਇਆ, ਪਰ ਹਲੇ ਜਿਹੜਾ ਜਿਹੜੀ ਮਦਦ ਮਿਲਣੀ ਚਾਹੀਦੀ ਸੀ ਉਹ ਇਹਨਾਂ ਨੂੰ ਮਦਦ ਨਹੀਂ ਮਿਲੀ ਤੇ ਮਦਦ ਦੇ ਇੰਤਜ਼ਾਰ 'ਚ ਵੀ ਆ। ਇਹਨਾਂ ਦੇ ਪਸ਼ੂ ਵੀ ਜਿਹੜੇ ਆ ਉਹ ਵੀ ਭੁੱਖੇ ਭਾਣੇ ਖੜ੍ਹੇ ਆ ਕਿਉਂਕਿ ਹਾਲਾਤ ਹਾਲਾਤ ਤੇ ਕਰਦੇ ਹਾਂ ਜੀ ਗੱਲ ਤੁਹਾਡੀ ਤੇ ਹਾਲਾਤ ਜਿਹੜੇ ਆ ਤੇ ਇਸ ਟਾਈਮ ਜ਼ਰੂਰਤ ਕਿਸ ਚੀਜ਼ ਦੀ ਹੈ, ਇਸ ਟਾਈਮ ਜਿਹੜੀ ਜ਼ਰੂਰਤ ਕਿਸ ਚੀਜ਼ ਦੀ ਹੈ ਕਿ ਬੇਟ ਏਰੀਏ ਦੇ ਵਿੱਚ ਹੜ੍ਹ ਵਰਗੇ ਹਾਲਾਤ ਹੋਏ ਹੋਏ ਹੈ, ਲੱਗਦਾ ਕਿ ਬਾਰਿਸ਼ ਆ ਜਾਊਗੀ ਤੇ ਹਾਲਾਤ ਜਿਹੜੇ ਆ ਬਦਤਰ ਹੋਏ। ਪੱਠਿਆਂ ਦੀ ਤੰਗੀ ਆ ਜੀ, ਪਸ਼ੂਆਂ ਦਾ ਤਾਂ ਬਹੁਤ ਬੁਰਾ ਹਾਲ ਆ। ਪਿੰਡ ਦੇ ਵਿੱਚ 3-4 ਪਿੰਡ ਆ, ਭਾਈਪੁਰ ਹੋ ਗਿਆ, ਹੇਡੋਂ ਹੋ ਗਿਆ, ਪਰੇ ਮੜੇਰਾਂ, ਰਾਗਪੁਰ, ਗਊਸ਼ਾਲਾ, ਸਾਰਾ ਇਲਾਕਾ ਡੁੱਬ ਗਿਆ, ਬੰਨ ਤੱਕ ਪਾਣੀ ਲੱਗਿਆ ਹੋਇਆ ਹੈ। ਤੇ ਇਸ ਤੋਂ ਅੱਗੇ ਵੀ ਪਿੰਡ ਹੈ? ਪਿੰਡ 4-5 ਪਿੰਡ ਆ ਜੀ। ਤੇ ਹੁਣ ਕੋਈ ਆ ਜਾ ਸਕਦਾ ਉੱਧਰ? ਨਾ ਜੀ, ਨਾ ਕੋਈ ਕਿਸ਼ਤੀ ਨਹੀਂ, ਕੋਈ ਕੁਛ ਨਹੀਂ, ਕੋਈ ਹਾਲਾਤ ਨਹੀਂ ਹੈ। ਕਿਹੜਾ ਕਿਹੜਾ ਪਿੰਡ ਅੱਗੇ ਜੀ? ਆਪੇ ਭਾਈਪੁਰ ਹੋ ਗਿਆ ਜੀ, ਹੇਡੋਂ ਹੋ ਗਿਆ, ਪਰੇ ਰਾਗਪੁਰ ਹੋ ਗਿਆ, ਪਰੇ ਦਿਵਾਲੀ ਹੋ ਗਈ, ਗਊਸ਼ਾਲਾ ਹੋ ਗਈ, ਮਾਣੇਵਾਲ ਹੋ ਗਿਆ, ਇੱਧਰ ਸਾਈਡ ਤੇ ਆ ਮਹੂਤਪੁਰ ਮਡਾਰ, ਇੱਧਰ ਠੰਡਿਆਲਾ ਵੇਟ। ਤੇ ਹੁਣ ਬੇਨਤੀ ਕੀ ਆ ਪ੍ਰਸ਼ਾਸਨ ਨੂੰ? ਕੀ ਬੇਨਤੀ ਪ੍ਰਸ਼ਾਸਨ ਨੂੰ? ਇਹੀ ਆ ਜੀ, ਕੋਈ ਹੁਣ ਤੱਕ ਨਾ ਕਿਸੇ ਨੇ ਸਰਾਜ ਨਹੀਂ ਕਰੀ, ਨਾ ਕੋਈ ਆਇਆ ਹੁਣ ਤੱਕ, ਨਾ ਕਿਸੇ ਦੇਖਿਆ ਹੋਏ ਹਾਲਾਤ ਕਿਆ ਆ, ਦੁਨੀਆ ਕਿਆ ਕਰ ਰਹੀ ਹੈ, ਮਨ ਦੇ ਵਿੱਚ ਹਾਹਾਕਾਰ ਮਿਚੀ ਪਈ ਹੈ ਲੋਕਾਂ ਦੀ, ਸਾਰਿਆਂ ਦੀ। ਕੋਈ ਬੰਨ ਤੇ ਚੜ੍ਹ ਕੇ ਬੈਠਾ, ਕੋਈ ਕੋਠੇ ਤੇ ਵੜਿਆ ਆ, ਕੋਈ ਕਿਤੇ ਖੜਾ, ਪਸ਼ੂਆਂ ਦੇ ਸੰਗਲ ਖੋਲਣ ਲੱਗੇ ਉਹ ਲੋਕ, ਪਾਣੀ ਦੇ ਵਿੱਚ ਡੁੱਬੂਗੇ। ਹਾਲਾਤ ਮਾੜੇ ਆ ਜੀ ਸਾਰੇ, ਠਠਿਆਣੇ ਵਾਲੀ ਸਾਈਡ ਤਾਂ ਡੁੱਬੀ, ਉੱਥੋਂ ਪਸ਼ੂ ਕੱਢ ਕੇ ਲਿਆਂਦੇ ਬੜੇ ਜ਼ੋਰ ਨਾਲ, ਉਹ ਦੇਖੋ ਸ਼ੈੱਡ ਬਣਿਆ ਸਾਹਮਣੇ, ਪਾਣੀ ਦੇ ਵਿੱਚੋਂ ਲੱਕ ਲੱਕ ਪਾਣੀ ਖੜਾ, ਇੱਧਰ ਘਰਾਂ 'ਚ ਵੀ ਪਾਣੀ ਵੜ ਗਿਆ ਇਸ ਪਾਸੇ ਸਾਰੇ, ਹਾਲੇ ਮੌਸਮ ਉੱਪਰੋਂ ਸਾਫ਼ ਨਹੀਂ ਹੋ ਰਿਹਾ ਫਿਰ। ਜਿੱਥੇ ਤੱਕ ਵੀ ਤੁਹਾਡੀ ਨਜ਼ਰ ਜਾਂਦੀ ਆ ਤੁਹਾਨੂੰ ਪਾਣੀ ਹੀ ਦਿਖਣਾ, ਕਿਉਂਕਿ ਲਗਾਤਾਰ ਪਾਣੀ ਵੱਧ ਵੀ ਰਿਹਾ ਆ, ਨਾਲ ਫਿਕਰ ਦੀ ਗੱਲ ਇਹ ਹੈ ਕਿ ਲਗਾਤਾਰ ਪਾਣੀ ਵੱਧ ਰਿਹਾ ਤੇ ਉਹਦੇ ਬਾਅਦ ਬੱਦਲ ਵੀ ਜਿਹੜੇ ਆ ਸਾਫ਼ ਨਹੀਂ ਆ, ਕਿਉਂਕਿ ਹਾਈ ਅਲਰਟ ਹੋ ਚੁੱਕਾ, ਰੈੱਡ ਅਲਰਟ ਹੋਇਆ ਆ ਕਿ ਤੁਸੀਂ ਹਿਮਾਚਲ ਵਿੱਚ ਲਗਾਤਾਰ ਬਾਰਿਸ਼ ਹੋਣ ਨਾਲ ਜਿਹੜੀ ਆ ਸਤਲੁਜ ਦਰਿਆ ਭਰ ਕੇ ਆ ਰਿਹਾ, ਉੱਧਰ ਘੱਗਰ ਵੀ ਖਤਰੇ 'ਤੇ ਆ ਤੇ ਪਰ ਪੰਜਾਬ ਵਿੱਚ ਪੰਜਾਬ ਭਰ ਵਿੱਚ ਹਾਲਾਤ ਜ਼ਿਆਦਾ ਮਾੜੇ ਆ ਤੇ ਸਾਡੇ ਜਿਹੜੇ ਬੇਟ ਆ ਹਲਕੇ 'ਚ ਤੇ ਬਲਾਚੌਰ ਦੀ ਗੱਲ ਕਰੀਏ ਤੇ ਬੇਟ ਹਲਕੇ ਦੇ ਵਿੱਚ ਹਾਲਾਤ ਮਾੜੇ ਆ। ਕਿਸ਼ਤੀਆਂ ਦੀ ਹਾਲਤ ਜਾ ਕੇ ਦੇਖਦੇ ਹਾਂ ਕਿ ਤਹਿਸੀਲ ਦੇ ਵਿੱਚ ਕਿਸ ਤਰ੍ਹਾਂ ਦਾ ਆ ਪ੍ਰਬੰਧ, ਕੋਈ ਕਿਸ਼ਤੀ ਆਈ ਵੀ ਹੈ ਕਿ ਨਹੀਂ, ਕੋਈ ਟੈਂਟ ਕੋਈ ਅਲਰਟ ਕੀਤਾ ਹੈ ਪ੍ਰਸ਼ਾਸਨ ਨੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਇਹਨਾਂ ਨੂੰ ਜ਼ਰੂਰਤ ਹੈ। ਜ਼ਰੂਰਤ ਇਹ ਵੀ ਹੈ ਕਿ ਕੋਈ ਬਿਮਾਰ ਠਮਾਰ ਹੋ ਜਾਵੇ ਤੇ ਉਹਨੂੰ ਕਿਸ ਤਰ੍ਹਾਂ ਲੈ ਕੇ ਜਾਣਾ ਹਸਪਤਾਲ। ਦੂਜੀ ਜ਼ਰੂਰਤ ਇਹ ਹੈ ਕਿ ਕੋਈ ਰਾਹਗੀਰ ਆ ਨਾ ਕੋਈ ਫਸਿਆ ਆ, ਕਿਸੇ ਦੀ ਗੱਡੀ ਫਸ ਗਈ ਵਿੱਚ, ਉਹ ਕਿਸ ਤਰ੍ਹਾਂ ਹਾਲਾਤ ਆ, ਉਹ ਕਿਸ ਤਰ੍ਹਾਂ ਨਿਕਲ ਗਿਆ, ਕਿਉਂਕਿ ਕੀਮਤੀ ਜਾਨਾਂ ਜਿਹੜੀਆਂ ਉਹ ਜਾ ਸਕਦੀਆਂ। ਤੇ ਜਿਹੜੇ ਪਸ਼ੂ ਹੈ
उन्होंने किस तरह, क्योंकि इधर ज़्यादा लोग खेतीबाड़ी पर निर्भर है, पशु भी पाले हुए हैं, तो वह सामने शैड के पहले दसते हैं कि पशु बड़ी मुश्किल ना कटे है, तो हालात इस तरह के है कि हूँ जड़े, हाँ बिल्कुल हूँ जड़े हालात बद तो बदतर जड़े आ। रात में जो बारिश आ गई तो लगता है लोग सारे छत्तों पर बैठ के रात कट्टे, पर बेनती है कि हालात किसी की कीमती जान ना जाए, इस करके सारे तो पहला है कि इन्हों के प्रबंध जड़ा किया जाए, है ना, क्योंकि लाइट भी नहीं है, तो प्रबंध किया जाए जल्दी तो जल्दी इन्हों का, कि रात में जो हालात खराब होंगे हड़ आ जाते हैं तो इन्हों बाहर कढ़न का की प्रबंध है, फिर की प्रबंध है, इदां दे प्रबंध जिहड़े आ जल्दी तो जल्दी करने चाहिए।